9696 ਦੇ ਉੱਤੇ। ਮਿੰਟੂ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ, ਖਬਰਾਂ ਦੇ ਉੱਤੇ ਨਜ਼ਰਾਂ ਬਣਾਉਣੀਆਂ ਸ਼ੁਰੂ ਕਰਦੇ ਹਾਂ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦਾ ਜਲੂਸ ਕੱਢਤਾ ਹੈ। ਯਸ਼ਵੰਤ ਨੇ ਵਾਕਈ ਇਹਨਾਂ ਦਾ ਖੜਕੰਤ ਕਰ ਦਿੱਤਾ ਔਰ ਖੜਕੰਤ ਵੀ ਬੇਅੰਤ ਕੀਤਾ ਜੀ। ਬਿਲਕੁਲ ਐਸੇ ਮੋੜ ਤੇ ਲਿਆ ਕੇ ਇਹਨਾਂ ਨੂੰ ਖਿਲਾਰ ਦਿੱਤਾ ਜਿੱਥੇ ਇਹ ਮੂੰਹ ਲਕਾਉਣ ਤੇ ਮੂੰਹ ਲਕਾਉਣ ਜੋਗੀ ਇਹਨਾਂ ਨੂੰ ਥਾਂ ਨਹੀਂ ਮਿਲਣੀ ਜੀ। ਇਹੋ ਜਿਹੇ ਮੋੜ ਤੇ ਲਿਆ ਖੜਾ ਕੀਤਾ। ਯਸ਼ਵੰਤ ਸਿਨਹਾ ਕਿਸੇ ਸਮੇਂ ਅਟਲ ਬਿਹਾਰੀ ਵਾਜਪੇਈ ਸਰਕਾਰ ਚ ਇਹ ਫਾਈਨੈਂਸ ਮਿਨਿਸਟਰ ਹੁੰਦਾ ਸੀਗਾ, ਵਿੱਤ ਮੰਤਰੀ ਹੁੰਦਾ ਸੀਗਾ। ਹੁਣ ਯਸ਼ਵੰਤ ਸਿਨਹਾ ਨੇ ਇੱਕ ਬਹੁਤ ਵੱਡੇ ਅਖਬਾਰ ਚ, ਅੰਗਰੇਜ਼ੀ ਅਖਬਾਰ ਚ ਲੇਖ ਲਿਖਿਆ ਜੀ। ਉਸ ਲੇਖ ਤੇ ਬਹੁਤ ਵੱਡਾ ਸਿਆਸੀ ਬਵਾਲ ਹੋ ਗਿਆ। ਹੁਣ ਜਿਹੜੇ ਵਿਰੋਧੀ ਚੁੱਪ ਚਾਪ ਬੈਠੇ ਸਨ ਉਹਨਾਂ ਨੂੰ ਲਈ ਤੇ ਇੱਕ ਮੁੱਦਾ ਬਣ ਗਿਆ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਹਾਲੇ ਵੀ ਜੋੜ ਤੋੜ ਚ ਲੱਗੇ ਸਨ, ਓੜ ਪੋੜ ਚ ਲੱਗੇ ਸਨ ਕਿ ਨਹੀਂ ਜੀ ਸਾਡੀ ਆਰਥਿਕਤਾ ਨੂੰ ਕੁਛ ਨੀ ਹੋਇਆ, ਕੱਖ ਨੀ ਹੋਇਆ, ਨੋਟਬੰਦੀ ਦੇ ਬਹੁਤ ਫਾਇਦੇ ਹੋਣਗੇ, ਤੁਸੀਂ ਇੰਤਜ਼ਾਰ ਕਰੋ ਅੱਗੇ ਅੱਗੇ ਦੇਖਿਓ ਹੋਤਾ ਹੈ ਕਿਆ। ਉਹ ਸਾਰੇ ਹੁਣ ਚੁੱਪ ਕਰ ਗਏ ਆ। ਯਸ਼ਵੰਤ ਸਿਨਹਾ ਨੇ ਲਿਖਿਆ ਕੀ ਆ, ਉਹਨੇ ਲਿਖਿਆ, ਉਹਨੇ ਆਖਿਆ ਕਿ ਅੱਜ ਦੇ ਸਮੇਂ ਚ ਨਾ ਨੌਕਰੀ ਮਿਲਦੀ ਪਈ ਹੈ, ਨਾ ਵਿਕਾਸ ਤੇਜ਼ ਗਤੀ ਨਾਲ ਹੁੰਦਾ ਪਿਆ, ਨਿਵੇਸ਼ ਘਟਦਾ ਪਿਆ, ਇਨਵੈਸਟਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਨਿਵੇਸ਼ ਘਟਦਾ ਪਿਆ, ਜੀ ਡੀ ਪੀ ਹੈ ਜਿਹੜੀ ਉਹ ਮੁੱਦੇ ਮੂੰਹ ਡਿੱਗ ਪਈ ਆ, ਤੇ ਜੀ ਐਸ ਟੀ ਹੈ ਜਿਹੜੀ ਉਹਨੂੰ ਸਹੀ ਤਰੀਕੇ ਨਾਲ ਇਸ ਸਰਕਾਰ ਨੇ ਇੰਪਲੀਮੈਂਟ ਨਹੀਂ ਕੀਤਾ, ਲਾਗੂ ਨਹੀਂ ਕੀਤਾ। ਕਹਿੰਦਾ ਜਿਹਦੇ ਕਾਰਨ ਨੌਕਰੀ ਤੇ ਵਪਾਰ ਆ ਜਿਹੜੇ ਉਹ ਚੌਪਟ ਹੋ ਗਏ ਆ, ਨਾ ਨੌਕਰੀ ਆ ਤੇ ਨਾ ਵਪਾਰ ਆ। ਅੱਗੇ ਉਹਨੇ ਕਿਹਾ ਕਿ ਇਹ ਜਿਹੜੀ ਜੀ ਡੀ ਪੀ ਡਿੱਗੀ ਆ, ਨੋਟਬੰਦੀ ਨੇ ਇਹਦੇ ਚ ਅੱਗ ਚ ਜਿਵੇਂ ਘਿਓ ਪਾਉਂਦੇ ਆ ਘਿਓ ਘਿਓ ਵਾਲਾ ਕੰਮ ਕੀਤਾ ਜੀ। ਫਿਰ ਉਹਨੇ ਆਖਿਆ ਕਿ ਦੇਖੋ ਜਿਹੜੀ ਇਹ ਜੀ ਡੀ ਪੀ 5.7 ਤੇ ਡਿੱਗ ਪਈ ਆ, ਇਹ ਕਹਿੰਦਾ ਕਿ ਜੇ ਇਹਨਾਂ ਨੇ 2015 ਚ ਪੈਮਾਨੇ ਨਾ ਬਦਲੇ ਹੁੰਦੇ, ਮਾਪਦੰਡ ਨਾ ਬਦਲੇ ਹੁੰਦੇ, ਤੇ ਜਿਹੜੀ ਇਹ ਜੀ ਡੀ ਪੀ ਆ ਇਹ ਅਸਲ ਦੇ ਵਿੱਚ ਇਹਦੇ ਨਾਲੋਂ ਵੀ 2% ਡਿੱਗ ਪੈਣੀ ਸੀ, ਭਾਵ 3.7% ਰਹਿ ਜਾਣੀ ਸੀ ਜੀ। ਯਾਨੀ ਉਹਦੇ ਮੁਤਾਬਕ ਤੇ ਇਸ ਦੇਸ਼ ਦਾ ਬੇੜਾ ਗਰਕ ਹੋ ਚੁੱਕਾ ਆਰਥਿਕਤਾ ਦਾ। ਯਸ਼ਵੰਤ ਸਿਨਹਾ ਦੇ ਮੁਤਾਬਕ ਤਾਂ ਇਹ ਜਿਹੜੀ ਜੀ ਡੀ ਪੀ ਆ, ਮੌਜੂਦਾ ਜੀ ਡੀ ਪੀ ਜਿਹਨੂੰ ਆਪਾਂ 5.7% ਗਿਣ ਕੇ ਚੱਲਦੇ ਪਏ ਹਾਂ, ਉਹ ਕਹਿੰਦਾ ਕਿ ਜੇ ਇਹਨਾਂ ਨੇ ਪੈਮਾਨੇ ਤੋੜੇ ਮਰੋੜੇ ਨਾ ਹੁੰਦੇ, ਸ਼ਰਾਰਤਬਾਜ਼ੀ ਨਾ ਕੀਤੀ ਹੁੰਦੀ, ਨੱਠ ਖੱਟ ਪੂਰਾ ਨਾ ਕੀਤਾ ਹੁੰਦਾ, ਤੇ ਇਹ ਜਿਹੜੀ ਜੀ ਡੀ ਪੀ ਸੀ ਇਹ ਇਦੋਂ ਵੀ ਥੱਲੇ ਹੋਣੀ ਸੀਗੀ। ਉਹਨੇ ਇੱਕ ਬੜਾ ਵਿਅੰਗ ਵੀ ਕੱਸਿਆ ਇਹਨਾਂ ਤੇ ਜੀ। ਉਹ ਕਹਿੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਗਰੀਬੀ ਨੂੰ ਬਹੁਤ ਨੇੜਿਓਂ ਵੇਖਿਆ। ਉਹ ਕਹਿੰਦਾ ਜਿਹੜਾ ਇਹਦਾ ਵਿੱਤ ਮੰਤਰੀ ਹੈ ਨਾ, ਫਾਈਨੈਂਸ ਮਿਨਿਸਟਰ, ਉਹਨੇ ਤੇ ਧਾਰੀ ਆ, ਲੱਗਦਾ ਵੀ ਦੇਸ਼ ਦੇ ਹਰੇਕ ਨਾਗਰਿਕ ਨੂੰ ਗਰੀਬੀ ਹੈ ਨੇੜਿਓਂ ਵਿਖਾਉਣੀ ਹੈ। ਉਹਨੇ ਤੇ ਧਾਰ ਲਿਆ ਵੀ ਦੇਸ਼ ਦੇ ਹਰੇਕ ਬੰਦੇ ਨੂੰ ਗਰੀਬੀ ਹੈ ਜਿਹੜੀ ਉਹ ਨੇੜਿਓਂ ਵਿਖਾਉਣੀ, ਕਿ ਗਰੀਬੀ ਕਿੱਦਾਂ ਦੀ ਸ਼ੈ ਹੁੰਦੀ ਹੈ। ਸੋ ਕਾਫੀ ਇਸ ਲੇਖ ਦੇ ਵਿੱਚ ਰਗੜਾ ਬੰਨਿਆ ਉਹਨਾਂ ਨੇ। ਉਹ ਕਹਿੰਦਾ ਕਿ ਦੇਖੋ ਜੇ ਮੈਂ ਚੁੱਪ ਬੈਠਦਾ ਇਹ ਦੇਸ਼ ਦੇ ਹਿੱਤਕਾਰੀ ਨਹੀਂ ਹੋਏਗਾ, ਇਸ ਸਮੇਂ ਜੇ ਚੁੱਪ ਬੈਠਣਾ ਤੇ ਫਿਰ ਤੁਸੀਂ ਦੇਸ਼ ਦੇ ਹੱਕ ਦੇ ਵਿੱਚ ਨਹੀਂ ਭੁਗਤ ਰਹੇ, ਦੇਸ਼ ਦੇ ਵਿਰੁੱਧ ਭੁਗਤ ਰਹੇ ਹੋ। ਸੋ ਉਹਦੀ ਇਸ ਤਰ੍ਹਾਂ ਦੀ ਤਿੱਖੀ ਲੇਖ ਦਾ ਲੇਖਾ ਖਰਾਬ ਕਰ ਗਈ ਆ ਜੀ। ਰਾਹੁਲ ਗਾਂਧੀ ਬੜਾ ਸ਼ਰਾਰਤੀ ਹੋ ਗਿਆ ਅੱਜ ਕੱਲ, ਬੱਚਾ ਬਹੁਤ ਸ਼ਰਾਰਤੀ ਹੈ ਅੱਜ ਕੱਲ ਜੀ। ਉਹਨੇ ਵੀ ਨਾਲ ਦੀ ਨਾਲ ਟਵੀਟ ਕਰ ਦਿੱਤਾ ਜਦੋਂ ਉਹਨੂੰ ਲੇਖ ਦਾ ਲਿੰਕ ਮਿਲਿਆ। ਉਹ ਤੇ ਜਾਣੋ ਜਿੱਦਾਂ ਕਿਸੇ ਦੇ ਹੱਥ ਨਰਜੀਵ ਬੰਦੇ ਦੇ ਸੰਜੀਵਨੀ ਬੂਟੀ ਲੱਗ ਜਾਂਦੀ ਹੈ ਨਾ, ਉਹਨੇ ਨਾਲ ਦੀ ਨਾਲ ਟਵੀਟ ਕੀਤਾ। ਟਵੀਟ ਬੜਾ ਜ਼ਬਰਦਸਤ ਸੀ ਉਹਦਾ ਜੀ। ਉਹ ਆਂਦਾ ਜੀ ਕਿ ਦੇਖੋ ਮੈਂ ਪਲੇਨ ਦਾ ਕੋ ਪਾਇਲਟ ਬੋਲਦਾ ਤੇ ਮੈਂ ਸਾਰੇ ਮੁਸਾਫਰਾਂ ਨੂੰ ਬੇਨਤੀ ਕਰਦਾ ਕਿ ਆਪਣੀਆਂ ਸੀਟ ਪੇਟੀਆਂ ਜਿਹੜੀਆਂ ਕੱਸ ਕੇ ਮੰਨ ਲਓ ਇਸ ਜਹਾਜ਼ ਦੇ ਜਿਹੜੇ ਦੋਵੇਂ ਖੰਭ ਟੁੱਟ ਚੁੱਕੇ ਜੇ। ਉਹਦੇ ਕਹਿਣ ਦਾ ਭਾਵ ਸੀਗਾ ਕਿ ਇਹ ਜਹਾਜ਼ ਹੁਣ ਕ੍ਰੈਸ਼ ਹੋਣ ਵਾਲਾ। ਸੋ ਇਸ ਤਰ੍ਹਾਂ ਦੀਆਂ ਤਨਜ਼ਬਾਜ਼ੀਆਂ ਨਾਲ ਤੇ ਕੱਸੀਆਂ ਗਈਆਂ। ਭਾਰਤੀ ਜਨਤਾ ਪਾਰਟੀ ਚ ਕੋਈ ਵੀ ਵੱਡਾ ਲੀਡਰ ਮੋਹਰੇ ਨਹੀਂ ਆ ਰਿਹਾ। ਹਾਂ, ਇੱਕਾ ਦੁੱਕਾ ਛੋਟੇ ਲੀਡਰਾਂ ਨੇ ਜ਼ਰੂਰ ਕਿਹਾ ਜੀ, ਕਹਿੰਦਾ ਜੀ ਯਸ਼ਵੰਤ ਸਿਨਹਾ, ਅਰੁਣ ਸ਼ੌਰੀ, ਇਹ ਜਿਹੜੇ ਨੇਤਾ ਨੇ ਆਪਦੇ ਮਨ ਦੀ ਭੜਾਸ ਕੱਢਦੇ ਪਏ ਆ। ਪਰ ਮਨ ਦੀ ਭੜਾਸ ਨਹੀਂ ਕੱਢਦੇ ਪਏ, ਅਸਲ ਦੇ ਵਿੱਚ ਉਹ ਸੱਚ ਬੋਲਦੇ ਪਏ ਆ। ਬੇਸ਼ੱਕ ਉਹ ਹਾਸ਼ੀਏ ਤੇ ਨੇ, ਉਹਨਾਂ ਲੋਕਾਂ ਨੂੰ ਨਰਿੰਦਰ ਮੋਦੀ ਨੇ ਪਿੱਛੇ ਧੱਕਿਆ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਜੋ ਬੋਲਦੇ ਪਏ ਉਹ ਝੂਠ ਨਹੀਂ ਕਿਹਾ ਜਾ ਸਕਦਾ, ਚਾਹੇ ਉਹ ਨਰਿੰਦਰ ਮੋਦੀ ਦੇ ਨਾਲ ਲੱਗਦਾ ਟਾਲਾ ਮਸਲਾ, ਪਰ ਝੂਠ ਨਹੀਂ ਬੋਲਦੇ ਪਏ। ਕਿਉਂਕਿ ਮਨਮੋਹਨ ਸਿੰਘ ਬਾਰੇ ਵੀ ਇਹੋ ਹੀ ਕਿਹਾ ਸੀ ਨਾ ਇਹਨਾਂ ਨੇ ਕਿ ਮਨਮੋਹਨ ਸਿੰਘ ਨੂੰ ਕੀ ਪਤਾ, ਇਹਦੇ ਐਵੇਂ ਮਾਰੀ ਜਾਂਦਾ, ਲੱਲ ਵਲੀਆਂ ਮਾਰੀ ਜਾਂਦਾ, ਪਰ ਹੋਇਆ ਕਿ ਉਹਦਾ ਅੱਖਰ ਅੱਖਰ ਸੱਚ ਸਾਬਤ ਹੋਇਆ। ਤਾਂ ਇਹ ਵੀ ਅੱਖਰ ਅੱਖਰ ਸੱਚ ਆ ਜੋ ਯਸ਼ਵੰਤ ਸਿਨਹਾ ਨੇ ਲਿਖਿਆ।
ਪਰ ਹੁਣ ਜਿਹੜੇ ਕੇਜਰੀਵਾਲ ਸਾਹਿਬ ਹੋਏ, ਰਾਹੁਲ ਗਾਂਧੀ ਜੀ ਹੋਏ, ਉਹ ਕਿੱਥੇ ਟਲਦੇ ਆ ਜੋ ਮਰਜ਼ੀ ਕਹੀ ਜਾਣ। ਉਹਨਾਂ ਨੇ ਤੇ ਇਹਨਾਂ ਦੇ ਰਗੜੇ ਬੰਨਣੇ ਬੰਨਣੇ ਆ। ਅੱਜ ਰਾਹੁਲ ਗਾਂਧੀ ਉੱਥੇ ਗੁਜਰਾਤ 'ਚ ਚਲੇ ਗਿਆ, ਤੇ ਜਿਵੇਂ ਨਰਿੰਦਰ ਮੋਦੀ ਨਹੀਂ ਪੁੱਛਦਾ ਹੁੰਦਾ ਭਾਈ ਔਰ ਬਹਿਨੋ 5 ਕਰੋੜ 50 ਕਰੋੜ 100 ਕਰੋੜ ਇਸ ਤਰ੍ਹਾਂ ਨਹੀਂ ਕਰਦਾ, ਪਿੱਛੇ ਕਰਦੇ ਆ। ਜੀ ਇਹਨੇ ਪੁੱਛਿਆ, ਕਹਿੰਦਾ ਜੀ ਵਿਕਾਸ ਨੂੰ ਕੀ ਹੋਇਆ, ਤੇ ਉਹ ਸਾਰਾ ਜਲਸਾ ਬੋਲਿਆ, ਕਹਿੰਦੇ ਜੀ ਵਿਕਾਸ ਪਾਗਲ ਹੋ ਗਿਆ। ਕਹਿੰਦੇ ਲੋਕ ਕਹਿੰਦੇ ਪਿੱਛੇ ਵਿਕਾਸ ਪਾਗਲ ਹੋ ਗਿਆ, ਤਾਂ ਉਹਦੀ ਗੱਲ ਪਤਾ ਨਹੀਂ ਹੁਣ ਠੀਕ ਹੈ ਜਾਂ ਨਹੀਂ, ਪਰ ਮੈਨੂੰ ਤਾਂ ਲੱਗਦਾ ਕਿ ਵਿਕਾਸ ਪਾਗਲ ਹੋਣ ਦੇ ਨਾਲ ਨਾਲ ਢੀਠ ਵੀ ਹੋ ਗਿਆ। ਮਰੀਜ਼ ਨੂੰ ਟੀਕਾ ਲਾ ਕੇ ਮਾਰ ਦਿੱਤਾ, ਵਿਕਾਸ ਹਾਲੇ ਵੀ ਆਖੀ ਜਾਂਦਾ ਨਹੀਂ ਜੀ ਮੈਂ ਟੀਕਾ ਨਹੀਂ ਲਾਇਆ, ਮੈਂ ਪਚਕਾਰੀ ਨਾਲ ਇਹਦੇ ਸਰੀਰ 'ਚ ਰੰਗ ਭਰਦਾ ਸੀ। ਜੀ ਯਾਨੀ ਸਾਰਾ ਕੁਝ ਕਰਤਾ ਇਹਨਾਂ ਨੇ, ਪਰ ਹਾਲੇ ਵੀ ਮੰਨਦੇ ਨਹੀਂ ਪਏ। ਪਰ ਫਿਰ ਵੀ ਯਸ਼ਵੰਤ ਸਿਨਹਾ ਨੇ ਘੱਟੋ ਘੱਟ ਮੰਨਿਆ, ਸਮਿਥ ਨੂੰ ਤੋੜਿਆ ਕਿ ਹਾਂ ਇਸ ਭਾਰਤੀ ਜਨਤਾ ਪਾਰਟੀ ਨੇ ਇਸ ਦੇਸ਼ ਦੀ ਆਰਥਿਕਤਾ ਦਾ ਬੇੜਾ ਵਾ ਕੇ ਰੱਖ ਦਿੱਤਾ। ਸੋ ਘੱਟੋ ਘੱਟ ਇੰਨਾ ਕੁ ਸਕੂਨ ਅੱਜ ਦੇਸ਼ ਦੀ ਜਨਤਾ ਨੂੰ ਮਿਲਿਆ। ਇਹਨਾਂ 'ਚੋਂ ਇੱਕ ਐਸਾ ਬੰਦਾ ਹੈ, ਇਹਨਾਂ 'ਚੋਂ ਇੰਨਾ ਕੁ ਤੇ ਕੋਈ ਕਰਕੇ ਉੱਠਿਆ ਸੂਰਮਾ, ਜਿਹਨੇ ਇਹਨਾਂ ਕੋ ਧੋਈਆ ਕੀਤਾ ਕਿ ਹਾਂਜੀ ਇਸ ਦੇਸ਼ ਦਾ ਇੱਕ ਵਾਰੀ ਇਹਨਾਂ ਨੇ ਬੇੜਾ ਪੁੱਠਾ ਕਰ ਦਿੱਤਾ। ਜੀ ਤੇ ਮਿੰਟੂ ਜੀ ਨੂੰ ਦੇਸ਼ ਧਰੋਹੀ ਦਾ ਖਿਤਾਬ ਕਦੋਂ ਤੱਕ ਮਿਲਣ ਦੀ ਉਮੀਦ ਆ? ਉਹ ਤੇ ਸਰਟੀਫਿਕੇਟ ਤਿਆਰ ਹੋ ਗਿਆ ਹੋਣਾ, ਬਸ ਸਾਈਨ ਹੀ ਚਾਹੀਦੇ ਆ। ਕਿਸੇ ਦਾ ਕਿਸੇ ਦੇ ਸਾਈਨ ਵੱਜ ਕੇ ਤਾਂ ਸਮਝ ਲਓ ਮਿਲ ਜਾਣਾ। ਵੈਸੇ ਮਿਲ ਹੀ ਗਿਆ, ਉਹ ਕਹਿੰਦੇ ਜੀ ਮਨ ਦੀ ਭੜਾਸ ਕੱਢਦੇ ਪਏ ਆ। ਜੀ ਜੀ ਅਗਲੀ ਆਪਾਂ ਗੱਲ ਕਰੀਏ, ਸਪੀਕਰ ਸੁਮਿਤਰਾ ਮਹਾਜਨ ਨੇ ਵੰਦੇ ਮਾਤਰਮ ਦੇ ਵਿੱਚ ਸੋਧ ਕਰਨ ਦੇ ਲਈ ਕਿਹਾ। ਦੇਖੋ ਜਿਹੜਾ ਵੰਦੇ ਮਾਤਰਮ ਦਾ ਰੌਲਾ ਹੈ, ਇਹ ਲੰਮੇ ਸਮੇਂ ਤੋਂ ਇੱਥੇ ਚੱਲਦਾ ਪਿਆ। ਜੀ ਵੈਸੇ ਕਮਾਲ ਦੀ ਗੱਲ ਹੈ ਕਿ ਇੱਥੇ ਜਿਹੜਾ ਨੈਸ਼ਨਲ ਐਂਥਮ ਹੈ, ਰਾਸ਼ਟਰੀ ਗੀਤ ਹੈ, ਕੌਮੀ ਤਰਾਨਾ ਜਿਹੜਾ, ਉਹ ਜਨ ਗਨ ਮਨ ਹੈ, ਪਰ ਲੜਾਈ ਜ਼ਿਆਦਾ ਵੰਦੇ ਮਾਤਰਮ 'ਤੇ ਹੁੰਦੀ ਹੈ। ਇਹਦੇ 'ਚ ਇਹ ਆ ਕਿ ਵੰਦੇ ਮਾਤਰਮ 'ਚ ਇੱਕ ਤੇ ਜਿਹੜੇ ਮੁਸਲਮਾਨ ਆ ਜੀ, ਉਹ ਇਹਦੇ ਤੋਂ ਤਕਲੀਫ ਮੰਨਦੇ ਆ, ਕਿਉਂਕਿ ਉਹਨਾਂ ਦੀ ਅਕਾਦਤ ਦੇ ਮੁਤਾਬਕ ਕੁਛ ਚੀਜ਼ਾਂ ਜਿਹੜੀਆਂ ਉਹਨਾਂ ਦੇ ਮੁਤਾਬਕ ਉਹ ਸਹੀ ਨਹੀਂ, ਉਹਨਾਂ ਦੀ ਅਕੀਦੇ ਮੁਤਾਬਕ। ਸੋ ਇੱਕ ਤੇ ਇਹ ਡਿਸਪਿਊਟ ਪੈਦਾ ਹੋ ਜਾਂਦਾ, ਇਹ ਇੱਕ ਫਰਕ ਪੈਦਾ ਹੋ ਜਾਂਦਾ। ਪਰ ਕੁਛ ਚੀਜ਼ਾਂ ਜਿਹੜੀਆਂ ਉਹ ਦੇਖੋ ਅੱਜ ਇੱਕ ਨਵੀਆਂ ਬਹਿਸ ਦਾ ਵਿਸ਼ਾ ਬਣੀਆਂ ਨੇ। ਬੀਬੀ ਸੁਮਿਤਰਾ ਮਹਾਜਨ ਆ ਜਿਹੜੀ, ਉਹ ਸਾਡੀ ਅਸੈਂਬਲੀ ਦੀ ਸਪੀਕਰ ਆ, ਉਹ ਕਿਸੇ ਸਮਾਗਮ 'ਚ ਸੀਗੀ, ਉੱਥੇ ਇੱਕ ਗਾਇਕਾ ਨੇ ਵੰਦੇ ਮਾਤਰਮ ਗਾਇਆ। ਜੀ ਤਾਂ ਜਿਹੜੀ ਸਾਡੀ ਲੋਕ ਸਭਾ ਦੀ ਸਪੀਕਰ ਹੈ ਬੀਬੀ ਸੁਮਿਤਰਾ ਮਹਾਜਨ, ਉਹਨੇ ਉਸ ਗਾਇਕਾ ਨੂੰ ਟੋਕ ਦਿੱਤਾ। ਟੋਕਿਆ ਇੱਥੇ ਜਿੱਥੇ ਸ਼ਬਦ ਆਉਂਦਾ ਨਾ ਵਿੱਚ, ਸ਼ਸ਼ਟੀ ਕੋਟ ਕੋਟ, ਇਸ ਸ਼ਬਦ ਤੇ ਜਾ ਕੇ ਸੁਮਿਤਰਾ ਮਹਾਜਨ ਨੇ ਇਤਰਾਜ਼ ਜਤਾਇਆ। ਉਹਨੇ ਇਹ ਕਿਹਾ ਕਿ ਦੇਖੋ ਇਸ ਸਮੇਂ ਇਹਦੇ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਆ, ਸ਼ਸ਼ਟੀ ਕੋਟ ਕੋਟ ਦੀ ਜਗ੍ਹਾ ਇਸ ਸਮੇਂ ਸਿਰਫ ਕੋਟ ਕੋਟ ਬੋਲਣਾ ਚਾਹੀਦਾ। ਜਿਵੇਂ ਆਪਾਂ ਕੋਟੀ ਕੋਟੀ ਕਹਿ ਦਿੰਦੇ ਹਾਂ, ਉਹ ਵੀ ਕਹਿੰਦੇ ਕਿ ਕੋਟੀ ਕੋਟੀ ਕਹਿ ਦਿਓ, ਹਿੰਦੀ 'ਚ ਵੀ ਕੋਟੀ ਕੋਟੀ ਕਹਿ ਦਿੰਦੇ ਆ, ਕਿ ਸ਼ਸ਼ਟੀ ਕੋਟ ਦੀ ਜਗ੍ਹਾ ਸ਼ਸ਼ਟੀ ਕੋਟੀ ਕੋਟੀ ਕਹਿਓ, ਇਕੱਲਾ ਕੋਟੀ ਕੋਟੀ ਕਿਹਾ ਜਾਵੇ, ਸ਼ਸ਼ਟੀ ਵਿੱਚੋਂ ਹਟਾ ਦਿੱਤਾ ਜਾਵੇ। ਸੋ ਇਹ ਉੱਥੇ ਇੰਦੌਰ ਦੇ ਵਿੱਚ ਸਨ, ਜਿੱਥੇ ਇੱਕ ਪ੍ਰਦਰਸ਼ਨੀ ਲੱਗੀ ਸੀਗੀ ਚਿੱਤਰਕਲਾ ਦੀ, ਉਸ ਪ੍ਰਦਰਸ਼ਨੀ ਦੇ ਵਿੱਚ ਇਹ ਵੰਦੇ ਮਾਤਰਮ ਗਾਇਆ ਜਾ ਰਿਹਾ ਸੀ, ਤਾਂ ਉਸ ਗਾਇਕਾ ਨੂੰ ਰੋਕ ਦਿੱਤਾ ਇਹਨਾਂ ਨੇ, ਇਤਰਾਜ਼ ਜਤਾਇਆ ਕਿ ਦੇਖੋ ਇਸ ਸ਼ਬਦ ਦੀ ਜਿਹੜੀ ਇਸ ਸਮੇਂ ਪਰਿਭਾਸ਼ਾ ਹੈ ਉਹ ਕਿਤੇ ਨਾ ਕਿਤੇ ਸਟੀਕ ਨਹੀਂ ਹੈ। ਸੋ ਇਸ ਸ਼ਬਦ ਨੂੰ ਬਦਲ ਕੇ ਤੁਸੀਂ ਸ਼ਸ਼ਟੀ ਦੀ ਜਗ੍ਹਾ, ਸ਼ਸ਼ਟੀ ਕੋਟ ਜਿੱਥੇ ਕਹਿੰਦੇ ਹੋ, ਸ਼ਸ਼ਟੀ ਹਟਾ ਕੇ ਕੱਲਾ ਕੋਟੀ ਕੋਟੀ ਕਰੋ। ਜੀ ਤਾਂ ਉਸ ਗਾਇਕਾ ਨੇ ਵੀ ਆਪਣੀ ਗਲਤੀ ਮੰਨੀ ਹੈ। ਪਰ ਇਹ ਮਸਲਾ ਹੁਣ ਦੇਖੋ ਅੱਗੇ ਜਾ ਕੇ ਕਿੰਨਾ ਕੁ ਤੂਲ ਫੜਦਾ ਹੈ, ਪਰ ਇੱਕ ਵਾਰੀ ਸੁਮਿਤਰਾ ਮਹਾਜਨ ਨੇ ਉੱਥੇ ਸਾਰਿਆਂ ਦੇ ਚਿਹਰੇ ਆ ਜਿਹੜੇ ਹੈਰਾਨ ਕਰ ਦਿੱਤੇ ਕਿ ਬੀਬੀ ਸੁਮਿਤਰਾ ਮਹਾਜਨ ਨੂੰ ਔੜਿਆ ਕੀ ਆ। ਸਾਡੇ ਮੀਡੀਆ ਵੀ ਭੰਬਲ ਭੁਲਸੇ 'ਚ ਪਏ ਖਲੋਤੇ ਆ ਕਿ ਆਖਰ ਇਸ ਸ਼ਬਦ ਦੇ ਵਿੱਚ ਗਲਤ ਕੀ ਸੀਗਾ, ਕਿਉਂ ਸੁਮਿਤਰਾ ਮਹਾਜਨ ਨੇ ਐਸਾ ਕਿਹਾ। ਹਾਲਾਂਕਿ ਉਹਨਾਂ ਨੇ ਵੀ ਸਾਫ਼ ਨਹੀਂ ਕੀਤਾ, ਜੇ ਕੀਤਾ ਹੋਊ ਤੇ ਘੱਟੋ ਘੱਟ ਮੀਡੀਆ ਰਿਪੋਰਟਾਂ 'ਚ ਇਸ ਗੱਲ ਦਾ ਜ਼ਿਕਰ ਕੋਈ ਨਹੀਂ ਮਿਲਦਾ। ਹੁਣ ਅਸਲ ਦੇ ਵਿੱਚ ਸਮੱਸਿਆ ਇਹ ਆ ਕਿ ਇਹ ਜਿਹੜਾ ਗੀਤ ਲਿਖਿਆ ਗਿਆ, ਜਿਹਦਾ ਪਹਿਲੀ ਵਾਰੀ ਪ੍ਰਕਾਸ਼ਨ ਹੋਇਆ, ਉਹ ਹੋਇਆ 1882 'ਚ, ਜਿੰਨੀ ਕੁ ਸਮਝ ਆ ਆਪਾਂ ਨੂੰ। ਉਹ ਲਿਖਿਆ ਸੀਗਾ ਉਦੋਂ ਬੰਕਮ ਚੰਦਰਾ ਜਿਹੜਾ ਚਟੋਪਾਧਿਆਏ ਆ, ਚਟੋਪਾਧਿਆਏ ਨੇ ਜਿਹੜਾ ਇਹ ਉਸ ਸਮੇਂ 1882 'ਚ ਇਹ ਲਿਖਿਆ ਸੀ ਵੰਦੇ ਮਾਤਰਮ। ਤਾਂ ਉਸ ਸਮੇਂ ਦੇਸ਼ ਦੀ ਜਿਹੜੀ ਜਨਸੰਖਿਆ ਸੀਗੀ ਉਹ ਸੀ 6 ਕਰੋੜ। ਤਾਂ ਲੱਗਦਾ ਹੈ ਕਿ ਜਿਹੜਾ ਸ਼ਬਦ ਹੈ ਨਾ ਸ਼ਸ਼ਟੀ ਕੋਟ, ਉਹ 6 ਕਰੋੜੀ ਉਸ ਸ਼ਬਦ ਦੀ ਆਪਾਂ ਕਹਿ ਲਈਏ ਨਾ ਕਿ ਸੰਸਕ੍ਰਿਤੀ ਉਹਦੀ ਵਰਜਨ ਹੋ ਸਕਦੀ ਹੈ। ਸੋ ਸ਼ਸ਼ਟੀ ਕੋਟ ਸ਼ਬਦ ਇਸ ਸਮੇਂ ਵਾਕਿਆ ਹੀ ਸਟੀਕ ਨਹੀਂ ਬੈਠਦਾ, ਕਿਉਂਕਿ ਜੇ ਸਮਕਾਲੀ ਦੌਰ 'ਚ ਅਸੀਂ ਦੇਖਦੇ ਹਾਂ ਤੇ ਉਹ 6 ਕਰੋੜ ਤੇ ਆਬਾਦੀ ਰਹੀ ਨਹੀਂ,
ਉਹਦੀ ਆਬਾਦੀ 2-6 ਕਰੋੜ ਹੋ ਗਈ ਆ, 130-35 ਕਰੋੜ ਤੋਂ ਵੀ ਉੱਤੇ ਚਲੇ ਗਈ ਆ। ਜੀ ਸੋ ਮੇਰੇ ਖਿਆਲ ਦੇ ਨਾਲ ਇਸ ਕਰਕੇ ਇਹਨਾਂ ਨੇ ਇਤਰਾਜ਼ ਜਤਾਇਆ, ਇਸ ਕਰਕੇ ਉਸ ਗਾਇਕਾਂ ਨੂੰ ਰੋਕਿਆ ਟੋਕਿਆ। ਹੋਰ ਇਹਦੇ ਚ ਕੋਈ ਗੱਲ ਨੀ, ਵੈਸੇ ਬਹਿਸ ਹਾਲੇ ਛਿੜੂਗੀ ਹੋ ਸਕਦਾ, ਕਿਉਂਕਿ ਕੁਛ ਟੈਲੀਵਿਜ਼ਨ ਚੈਨਲ ਇਹਦੇ ਤੇ ਡਿਬੇਟ ਵੀ ਕਰ ਲੈਣ, ਕਿਉਂਕਿ ਉਹਨਾਂ ਨੂੰ ਇਹੋ ਜਿਹੇ ਮੁੱਦੇ ਚਾਹੀਦੇ ਹੁੰਦੇ ਆ, ਬੰਦੇ ਮਾਤਰਮ, ਹਿੰਦੂ ਮੁਸਲਿਮ, ਗਾਂ ਦਾ ਮਾਸ, ਮੱਝ ਦਾ ਮਾਸ, ਇਹੋ ਜਿਹੀਆਂ ਉਹਨਾਂ ਦੀਆਂ ਜਾਬਾਂ ਦੀਆਂ ਭੇਡਾਂ ਜਿਹੜੀਆਂ ਉਹ ਚੱਲ ਰਹੀਆਂ ਰਹਿੰਦੀਆਂ। ਪਰ ਜੀ ਇੱਕ ਵਾਰੀ ਜੋ ਸੁਮਿਤਰਾ ਮਹਾਜਨ ਨੇ ਇਹ ਮੁੱਦਾ ਉਭਾਰਿਆ, ਮੇਰੇ ਖਿਆਲ ਦੇ ਨਾਲ ਕੁਛ ਹੱਦ ਤੱਕ ਠੀਕ ਆ, ਕਿਉਂਕਿ ਉਸ ਸਮੇਂ ਦਾ ਔਰ ਇਸ ਸਮੇਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਉਹ ਜੋ ਸ਼ਬਦ ਉਸ ਸਮੇਂ ਜਿੰਨੀ ਕੁ ਗੱਲ ਨੂੰ ਪ੍ਰਭਾਸ਼ਿਤ ਕਰਦਾ, ਉਸ ਗੱਲ ਨੂੰ ਅੱਜ ਉਹ ਇਨਸਾਫੀ ਦੇ ਨਾਲ ਪ੍ਰਭਾਸ਼ਿਤ ਨਹੀਂ ਕਰਦਾ ਨਜ਼ਰ ਆਉਂਦਾ। ਸੋ ਇਸ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਕੋਟ ਕੀਤਾ। ਪਰ ਦੇਖੋ ਇਹਨਾਂ ਨੇ ਵਿੱਚ ਸੋਧ ਕਰਨੀ ਹੈ ਜਾਂ ਨਹੀਂ ਕਰਨੀ, ਕਿਸੇ ਨੇ ਗਾਉਣਾ ਜਾਂ ਕਿਸੇ ਨੇ ਸੁਣਨਾ, ਉਹ ਹਰੇਕ ਦੀ ਮਰਜ਼ੀ ਤੇ ਨਿਰਭਰ ਆ। ਪਰ ਇੱਕ ਚੀਜ਼ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਮਰਜ਼ੀ ਕਰੀ ਜਾਓ, ਸੁਧਾਈ ਕਰੋ ਇਹਦੇ ਚ, ਜਾਂ ਇਹਦੀ ਦੁਬਾਰਾ ਲਿਖਾਈ ਕਰੋ, ਪਰ ਰੱਬ ਦਾ ਵਾਸਤਾ ਲੱਟ ਫੜ ਕੇ ਨਾ ਕਿਸੇ ਦੀ ਪਿੱਠ ਤੇ ਖੜ ਜਾਇਆ ਕਰੋ ਕਿ ਹਾਂ ਭਾਈ ਗਾ ਬੰਦੇ ਮਾਤਰ, ਨਹੀਂ ਤਾਂ ਪਿੱਠ ਸੇਕ ਦੇਵਾਂਗੇ, ਤੇਰੀਆਂ ਮੋਹਰਾਂ ਚ ਡਾਂਗਾ ਮਾਰਾਂਗੇ, ਇਹ ਕੰਮ ਨਹੀਂ ਹੋਣਾ ਚਾਹੀਦਾ। ਬਾਕੀ ਠੀਕ ਆ, ਜਿਹਨੇ ਗਾਉਣਾ ਗਾਵੇ ਤੇ ਜਿਹਨੇ ਇਹਦੇ ਚ ਸੋਧ ਕਰਨੀ ਹੈ ਉਹ ਸੋਧ ਵੀ ਕਰ ਲਵੇ, ਕੋਈ ਇਤਰਾਜ਼ ਨਹੀਂ ਹੈ। ਜੀ, ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਡੇਰਾ ਸਰਸਾ ਦੇ ਮੁੱਦੇ ਦੇ ਉੱਤੇ। ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਟ੍ਰਿਬਿਊਨਲ ਬਣਾਉਣ ਦੇ ਹੁਕਮ ਦਿੱਤੇ ਨੇ। ਹਾਂ ਦੇਖੋ ਇਹਨਾਂ ਨੂੰ ਝਟਕੇ ਤੇ ਝਟਕਾ ਉੱਥੇ ਲੱਗਦਾ ਪਿਆ ਅਦਾਲਤਾਂ ਦੇ ਵਿੱਚ, ਖਾਸ ਤੌਰ ਤੇ ਪੇਸ਼ ਨਹੀਂ ਚੱਲਦੀ ਪਈ ਇਹਨਾਂ ਦੀ ਜੀ, ਹਰੇਕ ਬਾਜੀ ਪੁੱਠੀ ਪੈਂਦੀ ਪਈ ਹੈ ਕਾਨੂੰਨੀ ਲੜਾਈ ਦੇ ਵਿੱਚ। ਅੱਜ ਹਾਈ ਕੋਰਟ ਚ ਇੱਕ ਤੇ ਇਹਨਾਂ ਨੂੰ ਝਟਕਾ ਇਹ ਲੱਗਿਆ ਕਿ ਜਿਹੜੀ ਇਹਨਾਂ ਨੇ ਅਪੀਲ ਫਾਈਲ ਕੀਤੀ ਸੀਗੀ ਉੱਥੇ, ਆ ਜਿਹੜੀ ਸਜ਼ਾ ਹੋਈ ਆ 25 ਅਗਸਤ ਨੂੰ ਉਹਨੂੰ, ਸੋ ਉਸ ਸਜ਼ਾ ਨੂੰ ਚੈਲੰਜ ਕੀਤਾ ਸੀ ਜਿਹੜੀ ਅਪੀਲ ਦੇ ਰਾਹੀਂ। ਉਸ ਅਪੀਲ ਦੇ ਵਿੱਚ ਕੁਛ ਤਕਨੀਕੀ ਖਾਮੀਆਂ ਸੀਗੀਆਂ। ਹਾਈ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਇਹ ਜਿਹੜੀ ਫਾਈਲ ਆ ਉਹ ਆਪਣੀ ਵਾਪਸ ਲੈ ਲਓ, ਦੁਬਾਰਾ ਜੇ ਤੁਸੀਂ ਇਸ ਅਪੀਲ ਨੂੰ ਦਾਖਲ ਕਰਨਾ ਤਾਂ ਫਿਰ ਜਿਹੜੀਆਂ ਉਹ ਤਕਨੀਕੀ ਖਾਮੀਆਂ ਉਹ ਦੂਰ ਕਰਕੇ ਲਿਆਓ, ਨਹੀਂ ਤੇ ਪੱਕੇ ਤੌਰ ਤੇ ਇਹਨੂੰ ਲੈ ਜਾਓ। ਹੁਣ ਇਹ ਉਹਨਾਂ ਖਾਮੀਆਂ ਨੂੰ ਕਦੋਂ ਦੂਰ ਕਰਕੇ, ਕਿਉਂਕਿ ਇਹ ਤੇ ਪੱਕਾ ਪਤਾ ਹੀ ਆ ਨਾ ਆਪਾਂ ਨੂੰ ਕਿ ਅਪੀਲ ਤੇ ਇਹਨਾਂ ਨੇ ਪਾਉਣੀ ਪਾਉਣੀ ਆ, ਅਪੀਲ ਪਾਉਣ ਤੋਂ ਬਿਨਾਂ ਤੇ ਹੋਰ ਕੋਈ ਚਾਰਾ ਹੈ ਨਹੀਂ। ਪਰ ਇਹ ਕਦੋਂ ਅਪੀਲ ਫਾਈਲ ਕਰਦੇ ਆ ਉਹ ਅੱਗੇ ਵੇਖਣਾ ਪਵੇਗਾ। ਦੂਜੀ ਗੱਲ ਜਿਹੜੀ ਅੱਜ ਉੱਥੇ ਹਾਈ ਕੋਰਟ ਦੇ ਵਿੱਚ ਹੋਈ ਆ ਉਹ ਇੱਕ ਤੇ ਇਹ ਹੋਈ ਆ ਕਿ ਉਹਨਾਂ ਨੇ ਦੋ ਟ੍ਰਿਬਿਊਨਲ ਬਣਾਉਣ ਦੇ ਹੁਕਮ ਦਿੱਤੇ ਆ। ਦੋ ਟ੍ਰਿਬਿਊਨਲ ਇੱਕ ਵੱਖੋ ਵੱਖਰੇ ਹੋਣਗੇ, ਇੱਕ ਪੰਜਾਬ 'ਚ ਇੱਕ ਹਰਿਆਣੇ 'ਚ, ਜੋ ਆਕਲਨ ਕਰਨਗੇ ਕਿ ਕਿੰਨਾ ਨੁਕਸਾਨ ਹੋਇਆ ਇਹਨਾਂ ਦੇ ਹੱਥੋਂ, ਕੁੱਲ ਕਿੰਨਾ ਨੁਕਸਾਨ ਹੋਇਆ। ਵੈਸੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਪੰਜਾਬ ਨੇ ਅੱਜ ਹਾਈ ਕੋਰਟ ਦੇ ਵਿੱਚ ਨੁਕਸਾਨ ਦੀ ਰਿਪੋਰਟ ਸੌਂਪ ਦਿੱਤੀ ਆ। ਇਹਨਾਂ ਨੇ 200 ਕਰੋੜ ਦਾ ਐਸਟੀਮੇਟ ਲਾ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿਹਦੇ 'ਚ 14 ਕਰੋੜ ਤੇ ਰੋਡਵੇਜ਼ ਦਾ ਦੱਸਿਆ, ਬਾਕੀ ਰੇਲਵੇ ਦਾ ਕੁਛ ਲਾ ਲਓ, ਕੁਛ ਆ ਜਿਹੜੇ ਨੀਮ ਫੌਜੀ ਦੱਸਦੇ ਆਏ ਆ ਉਹਨਾਂ ਦਾ ਸਾਰਾ ਪਾ ਕੇ ਕੁੱਲ 200 ਕਰੋੜ ਰੁਪਈਏ ਦਾ ਇਹਨਾਂ ਨੇ ਬਿੱਲ ਬਣਾ ਕੇ ਇੱਕ ਗੱਲ ਨਾਲ ਕਹਿ ਲਈਏ ਕਿ ਪ੍ਰੇਮੀਆਂ ਦੀ ਬੇਲੀ ਨੂੰ ਭੇਜ ਦਿੱਤਾ। ਜੀ, ਦੂਜੇ ਪਾਸੇ ਹਾਈ ਕੋਰਟ ਨੇ ਇੱਕ ਹੋਰ ਨੁਕਤਾ ਜਿਹੜਾ ਉਹ ਵਿਚਾਰਿਆ, ਉਹ ਨੁਕਤਾ ਇਹ ਆ ਕਿ ਜਿਹੜੇ ਉੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਲਾਪਤਾ ਹੋਏ ਡੇਰੇ 'ਚ, ਉਹਨਾਂ ਨੂੰ ਲੈ ਕੇ ਕੋਈ ਗੱਲ ਨਹੀਂ ਸੀ ਕਰਦਾ ਪਿਆ, ਪਰ ਕੁਛ ਅਖਬਾਰਾਂ ਨੇ ਉਹਨਾਂ ਖਬਰਾਂ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ, ਉਹਨਾਂ ਖਬਰਾਂ ਤੇ ਨੋਟਿਸ ਲਿਆ ਗਿਆ। ਨਵਕਿਰਨ ਸਿੰਘ ਜਿਹੜੇ ਵਕੀਲ ਆ ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ। ਤਾਂ ਫਿਰ ਹਾਈ ਕੋਰਟ ਨੇ ਹੁਕਮ ਦਿੱਤੇ ਆ ਕਿ ਇੱਕ SIT ਬਣਾਓ ਜਿਹੜੀ ਸਿਰਫ ਤੇ ਸਿਰਫ ਉਹਨਾਂ ਬੰਦਿਆਂ ਦੀ ਜਾਂਚ ਪੜਤਾਲ ਕਰੇ ਜਿਹੜੇ ਬੰਦੇ ਇਸ ਡੇਰੇ ਦੇ ਵਿੱਚ ਆਏ ਆ ਤੇ ਮੁੜ ਕੇ ਘਰਾਂ ਨੂੰ ਕਦੇ ਪਰਤੇ ਹੀ ਨਹੀਂ, ਉਹਨਾਂ ਨੂੰ ਆਸਮਾਨ ਨਿਕਲ ਗਿਆ, ਜ਼ਮੀਨ ਖਾ ਗਈ, ਪਤਾ ਤੇ ਕਰੋ ਗਏ ਤੇ ਗਏ ਕਿੱਥੇ ਆ, ਕਿਉਂਕਿ ਜਿਹੜੇ ਉਹਨਾਂ ਦੇ ਪਰਿਵਾਰ ਆ ਪਹਿਲਾਂ ਤੇ ਉਹ ਜ਼ਬਾਨ ਦੱਬ ਕੇ ਬੈਠੇ ਸਨ ਦੰਦਾਂ ਹੇਠ, ਹੁਣ ਜਦੋਂ ਥੋੜੀ ਜਿਹੀ ਖੁੱਲ ਮਿਲੀ ਆ ਉਹ ਸਿੱਧੇ ਤੌਰ ਤੇ ਦੋਸ਼ ਲਾਉਂਦੇ ਪਏ ਆ ਕਿ ਉਹਨਾਂ ਨੂੰ ਡੇਰੇ 'ਚ ਮਾਰ ਕੇ ਖਪਾ ਦਿੱਤਾ ਗਿਆ। ਹੋ ਸਕਦਾ ਜਾਂਚ ਪੜਤਾਲ ਹੋਣੀ ਚਾਹੀਦੀ ਆ। ਇੱਕ ਤੇ ਹੁਣ ਉਹ SIT ਬਿਠਾ ਦਿੱਤੀ, ਇੱਕ ਨਵੀਂ ਗੱਲ ਹੋਈ ਆ ਜੀ। ਇੱਕ ਇਹ ਤੋਂ ਅਗਲੀ ਗੱਲ ਵੀ ਹੋਈ ਆ, ਉਹ ਇਹ ਹੋਈ ਆ ਕਿ ਹਾਈ ਕੋਰਟ ਨੇ ਆਖਿਆ ਕਿ ਜਿਹੜੇ ਇਸ ਡੇਰੇ ਦੇ ਵਿੱਚ ਹਸਪਤਾਲ ਚੱਲਣ ਡਏ ਸਨ, ਜੋ ਸਕੂਲ ਚੱਲਣ ਡਏ ਸਨ ਜਾਂ ਹੋਰ ਇਸ ਤਰ੍ਹਾਂ ਦੇ ਸੰਸਥਾਨ ਚੱਲਣ ਡਏ ਸਨ, ਉਹਨਾਂ ਸਾਰਿਆਂ ਦੀ ਜਾਂਚ ਪੜਤਾਲ ਕੀਤੀ ਜਾਵੇ ਕਿ ਇਹ ਜਿਹੜੀਆਂ ਬਿਲਡਿੰਗਾਂ ਇਹਨਾਂ ਨੇ ਬਣਾਈਆਂ ਸਨ ਉਹ ਕਿਹਦੇ ਤੋਂ ਮਨਜ਼ੂਰੀ ਲੈ ਕੇ ਬਣਾਈਆਂ ਸੀ, ਜਾਂ ਆਪ ਹੀ ਧੰਨ ਧੰਨ ਸਤਿਗੁਰ ਤੇਰਾ ਆਸਰਾ ਕਹਿ ਕੇ ਪਾਸ ਕਰ ਦਿੱਤੀਆਂ, ਉਹ ਤਾਂ ਪਤਾ ਲੱਗਣਾ ਚਾਹੀਦਾ। ਔਰ ਇਹ ਵੀ ਪਤਾ ਕਰੋ ਜਿਹੜੇ ਉਹ ਵਿਦਿਅਕ ਸੰਸਥਾਨ ਸਨ ਉਹਨਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਦੇ ਨਾਲ ਸਲੂਕ ਕਿਸ ਤਰ੍ਹਾਂ ਦਾ ਕੀਤਾ ਜਾਂਦਾ ਸੀਗਾ, ਰਹਿਣ ਬਹਿਣ ਉਹਨਾਂ ਦਾ ਕਿਸ ਤਰ੍ਹਾਂ ਦਾ ਸੀ,
ਪੜ੍ਹਾਈ ਦਾ ਉਹਨਾਂ ਦਾ ਮਿਆਰ ਕਿਸ ਤਰ੍ਹਾਂ ਦਾ ਸੀ, ਉਹ ਸਾਰੀਆਂ ਚੀਜ਼ਾਂ ਉਹਨਾਂ ਤੋਂ ਪੁੱਛੋ। ਹੁਣ ਇਹ ਵੀ ਇੱਕ ਪੰਗਾ ਪੈ ਸਕਦਾ ਆਉਣ ਵਾਲੇ ਦਿਨਾਂ ਚ। ਇੱਕ ਚੀਜ਼ ਜਿਹੜੀ ਇੱਕ ਸਭ ਤੋਂ ਵਿਲੱਖਣ ਹੋਈ ਆ ਔਰ ਜਿਹੜੀ ਅਣਕਿਆਸੀ ਹੋਈ ਆ, ਵੈਸੇ ਅਸੀਂ ਇਸ ਚੀਜ਼ ਨੂੰ ਬਹੁਤ ਦਿਨਾਂ ਤੋਂ ਵਾਰਦੇ ਪਏ ਸਾਂ, ਮੰਗ ਵੀ ਕਰਦੇ ਪਏ ਸਾਂ, ਪਰ ਉਹ ਨਵੀਂ ਇਹ ਹੋਈ ਆ ਤੇ ਅਣਕਿਆਸੀ ਇਹ ਹੋਈ ਆ ਕਿ ਇਹਨਾਂ ਨੇ ਇੱਕ ਜਾਂਚ ਈਡੀ ਨੂੰ ਵੀ ਦੇ ਦਿੱਤੀ ਆ। ਈਡੀ ਨੂੰ ਜਾਂਚ ਪੜਤਾਲ ਇਸ ਗੱਲ ਦੀ ਦਿੱਤੀ ਆ ਕਿ ਕੀ ਇਹਨਾਂ ਦਾ ਬਲੈਕ ਮਨੀ ਵਾਲਾ ਵੀ ਤੇ ਕੋਈ ਇਸ ਤਰ੍ਹਾਂ ਦਾ ਨੈਕਸਸ ਨਹੀਂ ਸੀ ਚੱਲਦਾ, ਕਿਉਂਕਿ ਫਿਲਮਾਂ ਬਣਾਈਆਂ ਨੇ। ਫਿਲਮਾਂ ਤੇ ਸਵਾਲ ਇਹ ਉੱਠਦਾ ਹੈ ਕਿ ਬਹੁਤ ਸਾਰਾ ਪੈਸਾ ਜਿਹੜਾ ਉਹ ਲਾਂਡਰਿੰਗ ਦੇ ਰੂਪ ਦੇ ਵਿੱਚ ਕਾਲੇ ਤੋਂ ਚਿੱਟਾ ਕੀਤਾ ਗਿਆ। ਹੁਣ ਉਹ ਮਾਮਲਾ ਜਿਹੜਾ ਉਹ ਈਡੀ ਨੇ ਵੇਖਣਾ ਕਿ ਕੀ ਕੋਈ ਬਲੈਕ ਮਨੀ ਹੈ ਜਿਹੜੀ ਬਲੈਕ ਤੋਂ ਵਾਈਟ ਤੇ ਨਹੀਂ ਕੀਤੀ ਗਈ। ਇਹ ਵੀ ਇੱਕ ਨਵੀਂ ਚੀਜ਼ ਹੋਈ ਆ। ਇਸ ਤੋਂ ਇਲਾਵਾ ਇੱਕ ਨਵੀਂ ਚੀਜ਼ ਅੱਜ ਇਸ ਸਮੇਂ ਵਾਪਰੀ ਹੈ, ਉਹ ਇਹ ਵਾਪਰੀ ਹੈ ਕਿ ਇੱਕ ਚਿੱਠੀ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਟੈਲੀਵਿਜ਼ਨ ਚੈਨਲ ਹੈ ਜਾਂ ਵੱਡੇ ਮੀਡੀਆ ਅਦਾਰੇ ਆ, ਉਹਨਾਂ ਦੇ ਵਿੱਚ ਬਾਏ ਪੋਸਟ ਮਿਲੀ ਆ। ਉਸ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਕਿ ਅਸੀਂ 200 ਬੰਦਿਆਂ ਦਾ ਜਿਹੜਾ ਕੁਰਬਾਨੀ ਦਸਤਾ ਉਹਦੇ ਵੱਲੋਂ ਚਿੱਠੀ ਲਿਖ ਰਹੇ ਹਾਂ, ਸਾਡੇ ਸਤਿਗੁਰੂ ਤੇ ਤੁਸੀਂ ਸਜ਼ਾ ਕਰਾ ਦਿੱਤੀ ਆ, ਪਰ ਪਰਮਾਤਮਾ ਦੀ ਅਦਾਲਤ ਦੇ ਵਿੱਚੋਂ ਹੁਣ ਸਜ਼ਾਏ ਮੌਤ ਹੀ ਮਿਲੇਗੀ। ਉਹਨਾਂ ਨੇ ਖਾਸ ਤੌਰ ਤੇ ਗੁਰਦਾਸ ਸਿੰਘ ਤੂਰ ਦਾ ਨਾਮ ਲਿਆ, ਭੁਪਿੰਦਰ ਸਿੰਘ ਦਾ ਨਾਮ ਲਿਆ, ਖੱਟਾ ਸਿੰਘ ਦਾ ਨਾਮ ਲਿਆ ਕਿ ਇਹਨਾਂ ਬੰਦਿਆਂ ਨੂੰ ਅਸੀਂ ਛੱਡਣਾ ਨਹੀਂ। ਇਸ ਤੋਂ ਇਲਾਵਾ ਚੈਨਲਾਂ ਨੂੰ ਵੀ ਧਮਕੀ ਦਿੱਤੀ ਗਈ ਹੈ, ਪੱਤਰਕਾਰਾਂ ਨੂੰ ਵੀ ਧਮਕੀ ਦਿੱਤੀ ਗਈ ਹੈ, ਯਾਨੀ ਰੱਸੀ ਸੜ ਗਈ ਹੈ, ਵੱਟ ਨਹੀਂ ਗਿਆ। ਉਹ ਸਿੱਧੇ ਰੂਪ ਦੇ ਵਿੱਚ ਚਿੱਠੀ ਕਿੱਥੋਂ ਆਈ ਅਸੀਂ ਨਹੀਂ ਕਹਿ ਸਕਦੇ, ਪਰ ਜਿਸ ਤਰੀਕੇ ਨਾਲ ਉਹਨਾਂ ਦੇ ਵਿੱਚ ਧਮਕੀ ਭਰੇ ਸ਼ਬਦ ਲਿਖੇ ਗਏ ਆ, ਹੋ ਸਕਦਾ ਕਿਸੇ ਦੀ ਸ਼ਰਾਰਤ ਵੀ ਹੋਵੇ, ਪਰ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਚਿੱਠੀ ਕਿਸਨੇ ਪਾਈ ਆ। ਦੂਜੀ ਜਿਹੜੀ ਇੱਕ ਵੱਡੀ ਖਬਰ ਆ ਉਹ ਇਹ ਆ ਕਿ ਹਨੀਪ੍ਰੀਤ ਦਾ ਖੁਰਾ ਲੱਭਦੀ 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 ਹਰਿਆਣੇ ਦੀ ਪੁਲਿਸ ਦਿੱਲੀ ਪੁਲਿਸ ਨੂੰ ਨਾਲ ਲੈ ਕੇ ਉਸ ਵਕੀਲ ਦੇ ਦਫ਼ਤਰ 'ਚ ਚਲੇ ਗਈ, ਜਿਸ ਦਫ਼ਤਰ ਨੇ ਜਿਸ ਵਕੀਲ ਨੇ ਕੱਲ ਦਾਅਵਾ ਕੀਤਾ ਸੀਗਾ ਕਿ ਜੀ ਉਹ ਮੇਰੇ ਦਫ਼ਤਰ 'ਚ ਆ ਕੇ ਵਕਾਲਤਨਾਮਾ ਸਾਈਨ ਕਰਕੇ ਗਈ ਆ। ਹੁਣ ਉੱਥੋਂ ਵੀ ਕੁਛ ਨੀ ਲੱਭਿਆ, ਖਾਲੀ ਹੱਥ ਪਰਤਾ ਹੈ ਵਕੀਲ ਨੂੰ, ਤੇ ਹੁਣ ਰਿਮਾਂਡ ਤੇ ਲੈਣੋ ਰਹੇ ਨਾ, ਕਿਉਂਕਿ ਵਕੀਲ ਵਕੀਲ ਆ। ਸੋ ਉੱਥੋਂ ਪੁੱਛ ਗਿੱਛ ਕਰਕੇ ਮੁੜਾ ਆ। ਬਾਕੀ ਉਹਦਾ ਹਨੀਪ੍ਰੀਤ ਦਾ ਅੱਜ ਇੰਤਜ਼ਾਰ ਕਰਦੇ ਰਹੇ ਸਾਰੇ ਕੈਮਰੇ ਲੈ ਕੇ, ਸ਼ਾਇਦ ਹੋ ਸਕਦਾ ਉਹ ਸਰੈਂਡਰ ਕਰੇ। ਉਹ ਸਰੈਂਡਰ ਨਹੀਂ ਕਰਕੇ ਗਈ, ਇਹਦਾ ਮਤਲਬ ਹੈ ਕਿ ਉਹ ਕੋਈ ਅਗਲੀ ਕਾਨੂੰਨੀ ਲੜਾਈ ਲੜਨ ਦੇ ਰਾਹ ਦੇ ਵਿੱਚ ਹੋ ਸਕਦੀ ਆ। ਪਰ ਜਿੰਨੀਆਂ ਅੱਜ ਇਹ ਸਾਰੀਆਂ ਅਪਡੇਟਾਂ ਆਈਆਂ, ਇਹਨਾਂ ਤੋਂ ਜੇ ਆਪਾਂ ਨਤੀਜਾ ਕੱਢੀਏ, ਨਤੀਜਾ ਇਹ ਨਿਕਲਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਾ ਸਿਰਫ ਡੇਰਾ ਹੋਰ ਮੁਸ਼ਕਲਾਂ ਚ ਘਿਰਨ ਜਾ ਰਿਹਾ, ਬਲਕਿ ਹਾਈ ਕੋਰਟ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਰਿਲੀਫ ਮਿਲਦੀ ਨਜ਼ਰ ਨਹੀਂ ਆਉਂਦੀ। ਜੀ 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 ਅਗਲੀ ਆਪਾਂ ਮਿੰਟੂ ਗੁਰੂਸਰੇ ਜੀ ਗੱਲ ਕਰਦੇ ਹਾਂ, ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਟੀਮਾਂ ਤਿਆਰ ਕਰਨ ਦਾ ਫੈਸਲਾ। ਦੇਖੋ ਜਿਹੜੀ ਮੌਜੂਦਾ ਸਰਕਾਰ ਆ ਉਹ ਹੁਣ ਇੱਕ ਨਵਾਂ ਕਦਮ ਪੁੱਟਣ ਜਾ ਰਹੀ ਆ, ਖਾਸ ਤੌਰ ਤੇ ਇਹ ਨਸ਼ਾ ਮੁਕਤੀ ਦੇ ਮਕਸਦ ਦੇ ਨਾਲ ਜਿਹੜੇ ਸਰਹੱਦੀ ਜ਼ਿਲ੍ਹੇ ਆ ਉਹਨਾਂ ਵਿੱਚ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਹੈ ਜਿਹੜੇ, ਉਹਨਾਂ 'ਚ ਪੀੜਤਾਂ ਦੇ ਇਲਾਜ ਵਾਸਤੇ ਇਹਨਾਂ ਨੇ 240 ਮੈਂਬਰੀ ਇੱਕ ਮੈਡੀਕਲ ਅਧਿਕਾਰੀਆਂ ਆਧਾਰਿਤ ਟੀਮ ਦਾ ਗਠਨ ਕੀਤਾ ਜੀ, ਜਿਹਦੇ ਵਿੱਚ ਮਨੋਰੋਗੀ ਮਾਹਰ ਵੀ ਹੋਣਗੇ, ਕਾਉਂਸਲਿੰਗ ਕਰਨ ਵਾਲੇ ਵੀ ਹੋਣਗੇ, ਉਹਨਾਂ ਨੂੰ ਇੱਕ ਵੱਖਰੀ ਟ੍ਰੇਨਿੰਗ ਦਿੱਤੀ ਜਾਏਗੀ ਤੇ ਉਹ ਹੋ ਸਕਦਾ ਹੈ ਅੱਗੇ ਜਾ ਕੇ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਕਰਨ। ਪਰ ਫਿਲਹਾਲ ਇਹ ਸਰਹੱਦੀ ਜ਼ਿਲ੍ਹਿਆਂ ਲਈ ਹੈ, ਕਿਉਂਕਿ ਤੁਹਾਨੂੰ ਪਤਾ ਹੀ ਆ ਸਰਹੱਦੀ ਜ਼ਿਲ੍ਹੇ ਜਿੱਦਾਂ ਖਾਸ ਤੌਰ ਤੇ ਫਿਰੋਜ਼ਪੁਰ ਆ ਜਾਂ ਅੰਮ੍ਰਿਤਸਰ ਆ ਜਾਂ ਅੱਗੇ ਤਰਨ ਤਾਰਨ ਆ ਜਾਂਦਾ, ਫਿਰ ਪਿੱਛੇ ਚਲੇ ਜਾਈਏ ਗੁਰਦਾਸਪੁਰ ਆ ਜਾਂਦਾ, ਜੇ ਅੱਗੇ ਆ ਜਾਈਏ ਅਖੀਰ ਤੇ ਫਾਜ਼ਿਲਕਾ ਆ ਜਾਂਦਾ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਇਸ ਕਰਕੇ ਜ਼ਿਆਦਾ ਕਿਉਂਕਿ ਸਰਹੱਦ ਪਾਰੋਂ ਸਪਲਾਈ ਹੁੰਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਸਾਡੇ ਇੱਥੇ ਆਪ ਵੀ ਲੋਕ ਬਣਾ ਲੈਂਦੇ, ਹੁਣ ਤੇ ਇੱਥੇ ਵੀ ਡਿਸਟਿਲਰੀਆਂ ਲਾ ਲੈਂਦੇ ਆ, ਇੱਥੇ ਵੀ ਸਭ ਕੁਛ ਬਣਾ ਲੈਂਦੇ, ਪੈਦਾਵਾਰ ਕਰ ਲੈਂਦੇ ਆ, ਪਰ ਸਪਲਾਈ ਉੱਥੋਂ ਵੀ ਹੁੰਦੀ ਆ, ਇਹਦੇ 'ਚ ਕੋਈ ਛੂਟ ਨਹੀਂ। ਹੁਣ ਇਹਨਾਂ ਨੇ ਉਹਨਾਂ ਜ਼ਿਲ੍ਹਿਆਂ ਨੂੰ ਖਾਸ ਤੌਰ ਤੇ ਜਿਹੜੇ ਸਰਹੱਦ ਤੇ ਪੈਂਦੇ ਆ ਟਾਰਗੇਟ ਕੀਤਾ ਕਿ ਆਪਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਮੂਵਮੈਂਟ ਕਰੀਏ ਜੀ। ਤਾਂ ਮੇਰੇ ਖਿਆਲ ਦੇ ਨਾਲ ਸਵਾਗਤ ਕਰਨਾ ਬਣਦਾ ਰਾਜਕਰਨਵੀਰ ਸਿੰਘ ਜੀ, ਕਿਉਂਕਿ ਤੁਹਾਨੂੰ ਯਾਦ ਹੋਣਾ ਜਿੱਦਣ ਪੰਜਾਬ ਦੇ ਵਿੱਚ ਬੀਬੀਆਂ ਦਾ ਦੂਸਰਾ ਡੀ ਐਡਿਕਸ਼ਨ ਸੈਂਟਰ ਖੁੱਲਿਆ ਸੀ ਕਪੂਰਥਲੇ, ਆਪਾਂ ਐਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਜੀ, ਤੇ ਉਦਣ ਵੀ ਮੰਗ ਇਹੋ ਹੀ ਕੀਤੀ ਸੀ ਕਿ ਦੇਖੋ ਸਾਡੇ ਪੰਜਾਬ ਦਾ ਜਿਹੜਾ ਸਮਾਜੀ ਤਾਣਾ ਬਾਣਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਜਿਹਦੇ ਵਿੱਚ ਬੀਬੀਆਂ ਜੇ ਇਸ ਬਿਮਾਰੀ ਤੋਂ ਪੀੜਿਤ ਹੋ ਗਈਆਂ, ਚਾਹੇ ਉਹ ਚੰਦ ਹੋਣ ਚਾਹੇ ਉਹ ਗਿਣਤੀ 'ਚ ਬਹੁਤਾਤ ਹੋਣ, ਜਿੰਨੀਆਂ ਵੀ ਹੋਣਗੀਆਂ ਉਹ
ਆਪ ਚੱਲ ਕੇ ਬਹੁਤ ਘੱਟ ਜਾਣਗੀਆਂ, ਨਸ਼ਾ ਛਡਾਊ ਕੇਂਦਰਾਂ 'ਚ, ਰੀਹੈਬਲੀਟੇਸ਼ਨ ਸੈਂਟਰਾਂ 'ਚ, ਉਹ ਆਪ ਨਹੀਂ ਜਾਣਗੀਆਂ, ਕਿਉਂਕਿ ਸਾਡਾ ਤਾਣਾ ਬਣਾ ਇੱਦਾਂ ਦਾ ਸਮਾਜ ਦਾ। ਤੇ ਜੇਕਰ ਇਲਾਜ ਉਹਨਾਂ ਤੱਕ ਪਹੁੰਚ ਜਾਵੇ, ਕਾਉਂਸਲਿੰਗ ਉਹਨਾਂ ਤੱਕ ਪਹੁੰਚ ਜਾਵੇ, ਹੌਸਲਾ ਖੁਦ ਚੱਲ ਕੇ ਉਹਨਾਂ ਤੱਕ ਪਹੁੰਚ ਜਾਵੇ, ਗੱਲ ਬਣ ਸਕਦੀ ਹੈ। ਤਾਂ ਘੱਟੋ ਘੱਟ ਥੋੜੀ ਜਿਹੀ ਸਹੀ, ਅੰਸ਼ਿਕ ਰੂਪ ਦੇ ਵਿੱਚ ਸਹੀ, ਕੈਪਟਨ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਅਸੀਂ ਹਰੇਕ ਮਾਮਲੇ 'ਚ ਕਹਿ ਦਿੰਦੇ ਹਾਂ ਕਿ ਸਰਕਾਰਾਂ ਕੁਛ ਨਹੀਂ ਕਰਦੀਆਂ, ਪਰ ਇਹ ਜਿਹੜੀ ਪਹਿਲਕਦਮੀ ਹੈ, ਇਹ ਪਹਿਲਕਦਮੀ ਇਹਨਾਂ ਦੀ ਬਿਹਤਰੀਨ ਆ, ਪਰ ਇਹਨੂੰ ਇੰਪਲੀਮੈਂਟ ਸਹੀ ਢੰਗ ਨਾਲ ਕਰਨਾ ਚਾਹੀਦਾ। ਔਰ ਜੇ ਇਹਦੇ ਨਤੀਜੇ ਵਧੀਆ ਮਿਲਦੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹਦਾ ਫੈਲਾਅ ਆ ਜਿਹੜਾ, ਉਹ ਪੰਜਾਬ ਪੱਧਰ 'ਤੇ ਕਰ ਦੇਣਾ ਚਾਹੀਦਾ। ਜੀ ਜੀ ਅਗਲੀ ਆਪਾਂ ਮਿੰਟ 'ਚ ਗੱਲ ਕਰਦੇ ਹਾਂ। ਚਿੱਟੇ ਦਿਨ ਬਠਿੰਡੇ ਵਿੱਚ ਇੱਕ ਸਕੂਲੀ ਵਿਦਿਆਰਥੀ ਨੂੰ ਅਗਵਾ ਕੀਤਾ ਗਿਆ, ਦੋ ਅਗਵਾਕਾਰ ਕਾਬੂ ਕਰ ਲਏ। ਦੇਖੋ ਇਹ ਤੇ ਵੈਸੇ ਨਾ ਜੀ ਕਮਾਲ ਦੀ ਘਟਨਾ ਵਾਪਰੀ ਆ। ਚਿੱਟੇ ਦਿਨ ਬਹੁਤ ਵੱਡਾ ਇੱਥੇ ਇੱਕ ਸਕੂਲ ਹੈ, ਸੈਂਟ ਜੋਸਫ ਕਾਨਵੈਂਟ ਸਕੂਲ, ਉਹਦੇ ਵਿੱਚ ਸਟੂਡੈਂਟ ਨੂੰ ਜਿਸ ਤਰੀਕੇ ਨਾਲ ਅਗਵਾ ਕੀਤਾ ਗਿਆ, ਹੈਰਾਨਗੀ ਵਾਲੀ ਗੱਲ ਆ ਕਿ ਕਿੰਨੇ ਹੌਸਲੇ ਬੁਲਾਉਂਦੇ ਆ ਜਿਹੜੇ ਲੋਕ ਅਪਰਾਧ ਕਰਨ ਤੇ ਉਤਾਰੂ ਹੋ ਜਾਂਦੇ ਆ। ਸਹੀ ਗੱਲ ਹੈ। ਮੁੰਡੇ ਨੂੰ ਚੁੱਕਿਆ ਗਿਆ, ਚੁੱਕ ਕੇ ਤੇ ਕਾਰ 'ਚ ਲੈ ਗਏ, ਬਾਅਦ ਦੇ ਵਿੱਚ ਅੱਗੇ ਨਾਕਾ ਲੱਗਿਆ ਸੀਗਾ। ਪਰ ਇਹ ਘਟਨਾ ਦਾ ਨਾ ਤੁਰੰਤ ਫੁਰੰਤ ਪਤਾ ਲੱਗਿਆ, ਪਤਾ ਕਿੱਦਾਂ ਲੱਗਿਆ, ਜਿਹੜੇ ਬੰਦੇ ਨੇ ਇਸ ਮੁੰਡੇ ਨੂੰ ਅਗਵਾਹ ਕੀਤਾ ਉਹ ਦਰਅਸਲ ਜਿਹੜਾ ਇਹ ਮੁੰਡਾ ਸੀ ਉਹਦੇ ਦਾਦੇ ਦੇ ਸਕੂਲ ਦੇ ਵਿੱਚ ਹੀ ਟੀਚਰ ਸੀ, ਯਾਨੀ ਇਹ ਜਿਹੜਾ ਬੱਚਾ ਸੀ ਇਹਨਾਂ ਦਾ ਆਪਣਾ ਵੀ ਇੱਕ ਸਕੂਲ ਸੀਗਾ। ਸੋ ਉਹ ਜਿਹੜਾ ਸਾਬਕਾ ਅਧਿਆਪਕ ਸੀ ਉਸ ਸਕੂਲ ਦਾ, ਉਹ ਇਹਨਾਂ ਦੇ ਨਾਲ ਖਫਾ ਵੀ ਸੀ, ਥੋੜਾ ਜਿਹਾ ਮਾਇਕ ਤੌਰ ਤੇ ਵੀ ਉਹ ਕਮਜ਼ੋਰ ਸੀਗਾ, ਉਹ ਜ਼ਰੂਰਤਮੰਦ ਸੀਗਾ। ਉਸ ਬੰਦੇ ਨੇ ਕੀ ਕੀਤਾ ਕਿ ਉੱਥੇ ਟਰਾਂਸਪੋਰਟੇਸ਼ਨ ਜਿੱਥੇ ਖੜਦੀ ਸੀਗੀ, ਜਾ ਕੇ ਸਟੈਂਡ 'ਚ ਖੜ ਗਿਆ, ਤੇ ਉਹਨੂੰ ਕਿਉਂਕਿ ਪਤਾ ਸੀਗਾ ਕਿ ਇਹਨਾਂ ਦਾ ਬੱਚਾ ਆਹ ਵਾ, ਜਦੋਂ ਬੱਚਾ ਛੁੱਟੀ ਟਾਈਮ ਨਿਕਲਿਆ ਉਹਨੂੰ ਕਿਹਾ ਆ ਜਾ ਮੈਂ ਤੈਨੂੰ ਘਰ ਛੱਡਿਆ। ਉਹਨਾਂ ਜਿਹੜਾ ਉੱਥੇ ਵੈਨ ਦਾ ਡਰਾਈਵਰ ਸੀਗਾ, ਜਿਹੜਾ ਪੱਕੇ ਤੌਰ ਤੇ ਉਹਨੂੰ ਲਿਜਾਂਦਾ ਸੀਗਾ, ਉਹਨੂੰ ਉਹਨੇ ਗੱਲਾਂ 'ਚ ਭਰਮਾ ਲਿਆ ਜੀ ਮੈਂ ਇਹਨਾਂ ਦੇ ਮੁਲਾਜ਼ਮ ਹਾਂ, ਇਹ ਹੈ ਉਹ, ਅਜੋ ਮਿੱਟੀਆਂ ਮਾਰ ਕੇ ਬੱਚੇ ਨੂੰ ਬਿਠਾ ਲਿਆ, ਬੱਚਾ ਬਹਿ ਗਿਆ। ਪਰ ਜਦੋਂ ਉਹਨੇ ਰੰਗ ਢੰਗ ਵੇਖਿਆ, ਕਿਉਂਕਿ ਬੱਚਾ ਥੋੜਾ ਜਿਹਾ ਵੀਰ ਦਾ ਸੀ, ਬੱਚਾ ਅਣਮੰਨੇ ਮਨ ਦੇ ਨਾਲ ਜਾ ਰਿਹਾ ਸੀਗਾ, ਡਰਾਈਵਰ ਨੂੰ ਸ਼ੱਕ ਹੋਇਆ ਕਿ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਬੈਠਾ। ਜੀ ਜਦੋਂ ਉਹਨੂੰ ਪਤਾ ਲੱਗਿਆ ਕਿ ਹੋ ਸਕਦਾ ਮੈਂ ਗਲਤ ਬੰਦਿਆਂ ਦੇ ਨਾਲ ਬੱਚਾ ਤੋਰ ਲਿਆ ਹੋਵੇ, ਤਾਂ ਉਹਨੇ ਕੀ ਕੀਤਾ ਕਿ ਨਾਲ ਦੀ ਨਾਲ ਟੈਲੀਫੋਨ ਕਰ ਦਿੱਤਾ ਉਹਨਾਂ ਦੇ ਘਰੇ ਕਿ ਤੁਸੀਂ ਮੁਲਾਜ਼ਮ ਭੇਜਿਆ, ਕੋਈ ਬੰਦਾ ਭੇਜਿਆ, ਉੱਥੇ ਰੌਲਾ ਪੈ ਗਿਆ ਇਹਨੇ ਨੂੰ। ਉਹਨਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਟੈਲੀਫੋਨ ਕਰ ਦਿੱਤਾ। ਤੇ ਕਮਾਲ ਦੀ ਗੱਲ ਇਹ ਆ ਕਿ ਹਾਲੇ ਅੱਧਾ ਕਿਲੋਮੀਟਰ ਦੂਰ ਨਹੀਂ ਗਿਆ ਅਗਵਾਹ ਕਰਤਾ, ਨਾਲ ਦੀ ਨਾਲ ਉਹਦੇ ਦਾਦੇ ਨੂੰ ਟੈਲੀਫੋਨ ਵੀ ਆ ਗਿਆ ਕਿ ਜੀ 50 ਲੱਖ ਦਾ ਇੰਤਜ਼ਾਮ ਕਰ ਲਾ। ਜਦੋਂ ਟੈਲੀਫੋਨ ਆ ਗਿਆ ਉਹਨੇ ਨਾਲ ਦੀ ਨਾਲ ਜਿਹੜਾ ਨੰਬਰ ਸੀ ਉਹ ਪੁਲਿਸ ਨੂੰ ਪ੍ਰੋਵਾਈਡ ਕਰ ਦਿੱਤਾ। ਪੁਲਿਸ ਨੇ ਟਰੈਕਿੰਗ ਤੇ ਨੰਬਰ ਲਾ ਕੇ ਖੋਜ ਕਰ ਲਈ, ਇਹ ਡੱਬ ਵਾਲੀ ਰੋਡ ਨੂੰ ਪੈ ਗਏ। ਅੱਗੇ ਨਾਕੇ ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਸਿਆਣ ਲਈ ਕਿ ਗੱਡੀ ਉਹ ਹੀ ਆ, ਜਦੋਂ ਬਰਾਬਰ ਗੱਡੀ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਗੱਡੀ ਭਜਾ ਲਈ, ਉਹਨਾਂ ਨੇ ਬੱਟ ਬੁੱਟ ਮਾਰੇ, ਇਹਨਾਂ ਦੇ ਸ਼ੀਸ਼ਿਆਂ ਤੇ ਫਾਇਰ ਵੀ ਹੋਇਆ, ਪਰ ਇਹਨਾਂ ਨੇ ਟਰੱਕਾਂ ਟਰੁੱਕਾਂ ਦੇ ਵਿੱਚ ਦੀ ਕੱਢ ਕੇ ਜਿਹੜੀ ਉਹ ਗੱਡੀ ਸੀਗੀ ਲਿੰਕ ਰੋਡ ਪਾ ਲਈ ਤੇ ਕੁੱਟੀ ਪਿੰਡ ਆ, ਬਿਲਕੁਲ ਵੱਡੀ ਸੜਕ ਤੇ ਨਾ ਖੱਬੇ ਪਾਸੇ ਇੱਕ ਪਿੰਡ ਆ ਕੁੱਟੀ, ਉਸ ਪਿੰਡ ਨੂੰ ਪਾ ਲਈ। ਅੱਗੇ ਕੂਣੀ ਮੋੜ ਸੀ, ਉਹ ਜਦੋਂ ਗੱਡੀ ਇਹਨਾਂ ਨੇ ਫੁਰਤੀ ਦੇ ਨਾਲ ਮੋੜੀ ਉਹ ਗੱਡੀ ਪਾਸ ਪੈ ਗਈ ਤਕਰੀਬਨ ਤਕਰੀਬਨ ਫੁੱਲ ਗਈ ਗੱਡੀ। ਇਹਨਾਂ ਨੇ ਕੀ ਕੀਤਾ ਕਿ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੂੰ, ਅਗਵਾਹ ਕਰਤਾਵਾਂ ਨੇ ਕਿ ਆਓ ਆਓ ਸਾਡੀ ਗੱਡੀ ਕਢਾਓ ਗੱਡੀ ਕਢਾਓ। ਜਦੋਂ ਲੋਕ ਭੱਜ ਕੇ ਆਏ ਉੱਥੋਂ ਲਾਗੇ ਬੰਨੇ ਜਿਹੜੇ ਬਾਈਕਾਂ ਵਾਲੇ ਸਨ, ਜਦੋਂ ਉਹ ਗੱਡੀ ਕੱਢਣ ਲੱਗੇ ਵੇਖਿਆ ਕਿ ਵਿੱਚ ਬੱਚਾ, ਔਰ ਬੱਚੇ ਨੇ ਰੌਲਾ ਪਾ ਦਿੱਤਾ ਕਿ ਜੀ ਇਹ ਮੈਨੂੰ ਚੁੱਕ ਕੇ ਲਿਆਏ, ਚੁੱਕ ਕੇ ਲਿਆਏ। ਜਦੋਂ ਬੱਚੇ ਨੇ ਰੌਲਾ ਪਾ ਦਿੱਤਾ, ਉਹਨਾਂ ਚੋਂ ਇੱਕ ਬੰਦਾ ਜਿਹੜਾ ਸੀਗਾ ਉਹ ਤੇ ਬੱਚੇ ਨੂੰ ਘੜੀਸਾ ਲੈ ਗਿਆ, ਦੂਜਾ ਸੀ ਜਿਹੜਾ ਭੱਜ ਵੱਗਾ, ਲੋਕ ਉਹਦੇ ਮਗਰ ਲੱਗ ਗਏ। ਹੋਇਆ ਕੀ ਕਿ ਉਹਨੇ ਚਿਰ ਨੂੰ ਇੱਕ ਪਾਸਪੋਰਟ ਦੀ ਇਨਕੁਆਇਰੀ ਕਰਨ ਆਇਆ ਸੀ, ਵੈਰੀਫਿਕੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਦੋ ਮੁਲਾਜ਼ਮਾਂ ਨੂੰ ਵੀ ਟੈਲੀਫੋਨ ਕੀਤਾ ਹੋਇਆ ਸੀ ਪੁਲਿਸ ਵਾਲਿਆਂ ਨੇ ਕਿ ਯਾਰ ਗੱਡੀ ਇੱਥੇ ਗਾਇਬ ਹੋ ਗਈ ਇਸ ਏਰੀਏ 'ਚ, ਤੁਸੀਂ ਨਿਗਾਹ ਰੱਖਿਓ। ਜਦੋਂ ਉਹਨਾਂ ਨੇ ਵੇਖਿਆ ਕਿ ਇਹ ਤੇ ਗੱਡੀ ਇੱਥੇ ਖੜੀ ਆ, ਉਹ ਵੀ ਮੌਕੇ ਤੇ ਪਹੁੰਚ ਗਏ। ਅਗਵਾਹ ਕਰਤਾ ਸੀ ਕਿ ਜਿਹੜੇ ਉਹਨਾਂ 'ਚੋਂ ਇੱਕ ਨੇ ਉਹਨਾਂ ਦੇ ਚੱਕ ਕੇ ਵੱਟਾ ਮਾਰਿਆ, ਫਿਰ ਉਹਨਾਂ ਦੇ ਮਗਰ ਲੱਗ ਗਏ, ਉਹ ਬੱਚੇ ਨੂੰ ਤੇ ਚਲੋ ਛੁਡਾ ਲਿਆ ਗਿਆ। ਇੱਕ ਅਗਵਾਹ ਕਰਤਾ ਸੀ ਜਿਹੜਾ ਨਰਮੇ ਦੇ ਖੇਤ 'ਚ ਵੜ ਗਿਆ, 2 ਘੰਟੇ ਪਿੰਡ ਵਾਲਿਆਂ ਨੇ ਜਦੋਜਹਿਦ ਕਰਕੇ ਉਹਨੂੰ ਵੀ ਲੱਭ ਲਿਆ। ਪਰ ਕਮਾਲ ਦੀ ਗੱਲ ਇਹ ਆ ਕਿ ਜਦੋਂ ਪ੍ਰੈਸ ਕਾਨਫਰੰਸ ਹੋਈ, ਪੁਲਿਸ ਵਾਲੇ ਸਾਰਾ ਕ੍ਰੈਡਿਟ ਆਪਣੇ ਦਾ ਆਪ ਲੈ ਗਏ, ਆਪਣੇ ਮੂੰਹ ਆਪ ਮੀਆਂ ਮਿੱਠੂ। ਮਤਲਬ ਇਹ ਆ ਕਿ ਠੀਕ ਹੈ ਉਹਨਾਂ ਨੇ ਮਿਹਨਤ ਕੀਤੀ, ਪੁਲਿਸ ਵਾਲਿਆਂ ਨੇ ਬਹੁਤ ਜ਼ਬਰਦਸਤ ਤਿਆਰੀ ਦੇ ਨਾਲ ਇਹਨਾਂ ਨੂੰ ਘੇਰਿਆ, ਪਰ ਜਿਹੜਾ ਰੋਲ ਪਿੰਡ ਵਾਲਿਆਂ ਨੇ ਅਦਾ ਕੀਤਾ, ਜਿਸ ਬਹਾਦਰੀ ਨਾਲ ਉਹਨਾਂ ਨੇ ਅਗਵਾਹ ਕਰਤਾਵਾਂ ਨੂੰ ਹੱਥ ਪਾਇਆ, ਜਿਸ ਤਰੀਕੇ ਨਾਲ ਉਹਨਾਂ ਨੂੰ ਖੋਜਿਆ ਲੱਭਿਆ,
ਉਹ ਇੱਕ ਬਹੁਤ ਵੱਡਾ ਰੋਲ ਸੀਗਾ ਜੋ ਉਹਨਾਂ ਨੇ ਅਦਾ ਜੀ ਕੀਤਾ, ਪਰ ਪੁਲਿਸ ਵਾਲੇ ਪਹਿਲਾਂ ਤੇ ਉਸ ਰੋਲ ਨੂੰ ਦਬਾ ਗਏ। ਜਦੋਂ ਕੁਝ ਪੱਤਰਕਾਰਾਂ ਨੇ ਕਿਹਾ ਕਿ ਤੁਸੀਂ ਸਾਰਾ ਸਿਰਾ ਆਪਦੇ ਸਿਰ ਤੇ ਬੰਨ ਲੈਣਾ, ਹੁਣ ਕੋਈ ਮਾੜਾ ਮੋਟਾ ਲੜ ਉਹਨਾਂ ਦੇ ਸਿਰ ਤੇ ਵੀ ਧਰ ਦਿਓ, ਫਿਰ ਕਹਿੰਦੇ ਨਹੀਂ ਜੀ ਪਿੰਡ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ। ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕੁਛ ਪਿੰਡ ਵਾਲਿਆਂ ਦਾ ਹੀ ਰੋਲ ਸੀ, ਕੁਛ ਉਸ ਬੱਚੇ ਨੇ ਵੀ ਬਹਾਦਰੀ ਦਿਖਾਈ, ਕੁਛ ਪੁਲਿਸ ਨੇ ਵੀ ਚੰਗਾ ਕੰਮ ਕੀਤਾ, ਰਲ ਮਿਲ ਕੇ ਉਸ ਬੱਚੇ ਨੂੰ ਬਚਾ ਲਿਆ ਗਿਆ। ਪਰ ਮੈਂ ਇੱਕ ਬੇਨਤੀ ਕਰੂੰਗਾ ਜਿੰਨੇ ਵੀ ਆਪਣੇ ਸਰੋਤੇ ਆ, ਇਹ ਜਿਹੜੇ ਇੱਧਰ ਰਹਿੰਦੇ ਆ ਬਾਹਰ ਰਹਿੰਦੇ ਆ ਜਾਂ ਜਿਹੜੇ ਜੀ ਪੰਜਾਬ 'ਚ ਵੀ ਆ, ਕਿ ਤੁਸੀਂ ਆਪੋ ਆਪਣੇ ਬੱਚਿਆਂ ਨੂੰ ਪੱਕਿਆ ਕਰੋ, ਔਰ ਜਿੱਥੇ ਜਿੱਥੇ ਵੀ ਉਹ ਪੜ੍ਹਦੇ ਆ, ਤੁਹਾਡੇ ਬੱਚੇ ਇੱਧਰ ਰਹਿੰਦੇ ਆ ਜਾਂ ਜਿਹੜੇ ਇੱਧਰ ਲੋਕ ਰਹਿੰਦੇ ਉਹਨਾਂ ਦੇ ਬੱਚੇ ਪੜ੍ਹਦੇ ਆ, ਉਹ ਸਾਰੇ ਆਪੋ ਆਪਣੇ ਸਕੂਲਾਂ 'ਚ ਕਹਿ ਕੇ ਰੱਖੋ ਕਿ ਬੱਚਾ ਅਣਜਾਣ ਬੰਦੇ ਦੇ ਹੱਥ ਨਾ ਦਿੱਤਾ ਜਾਵੇ। ਦੂਜੀ ਇਹ ਗੱਲ ਆ ਕਿ ਬੱਚੇ ਨੂੰ ਵੀ ਪ੍ਰਪੇਅਰ ਕਰੋ ਕਿ ਜਿਸ ਬੰਦੇ ਨੂੰ ਉਹ ਜਾਣਦਾ ਨਹੀਂ ਉਹਦੇ ਨਾਲ ਤੁਰਨ ਦਾ ਤਹੀਆ ਨਾ ਕਰੇ, ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਵਾਰਦਾਤਾਂ ਬਹੁਤ ਖਤਰਨਾਕ ਹੋ ਰਹੀਆਂ। ਜੀ ਜੀ ਬਿਲਕੁਲ, ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਸਤਿ ਅਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ, ਜਿਉਣ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।